ਡਿਸਕੋ ਪਾ ਵੈਰੀ ਵੰਡਰਫੁਲ ਤਿਆਰ ਹੋਏਗਾ ਐ ਵੇਖੋ ਕੈਸਾ ਪੜਦਾ ਜੀ ਵੇਖੋ ਲੁੜੀਆਂ ਲੜਕਾਈਆਂ ਜੀ ਮੈਂ ਦਿਸ ਟੇਬਲ ਵੈਰੀ ਬਿਊਟੀਫੁਲ ਬਣੀ ਜੈਂਟਲਮੈਨ ਇਧਰ ਬੈਠੇਗਾ ਲੇਡੀਜ਼ ਉਧਰ ਬੈਠੇਗਾ ਬਟਨ ਨੂੰ ਕਿਹਾ ਗੋਮ ਬਟਨ ਲਵਾਏ ਨੇ ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਰਹਿਮਤੁਲਲਾਹਿ ਵਬਰਕਾਤੁ ਜਿੰਨਾ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੌ ਕਦੇ ਨਹੀਂ ਪਾਇਆ ਜਿੰਨਾ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੌ ਕਦੇ ਨਹੀਂ ਪਾਇਆ ਅਤੇ ਅੱਜ ਅਮੀਰ ਹਮਜ਼ਾ ਦੇ ਸਮਸਾਮਲੀ ਅਮੀਸ਼ ਕਰੀ ਫੇਰ ਆਇਆ ਅਤੇ ਫੇਰ ਆਇਆ ਅਤੇ ਅੱਜ ਜੇ ਨਾ ਸਾਡੇ ਪਿੰਡ ਦੇ ਵਿਆਹ ਜਾਣੀ ਸਮਸਾਮਲੀ ਅਮੀਸ਼ ਤੈਨੂੰ ਪਤਾ ਹਾਂਜੀ ਤੈਨੂੰ ਤਾਂ ਪਤਾ ਹੋਣਾ ਤੂੰ ਤਾਂ ਪੈਸੇ ਸ਼ਾਇਦ ਫੜਨੇ ਹੁੰਦੇ ਤੂੰ ਜਵਾਨ ਆਦਮੀ ਹੈ ਹਾਂਜੀ ਤੈਨੂੰ ਸਾਨੂੰ ਪਹਿਲਾਂ ਖਬਰ ਹੋਣੀ ਚਾਹੀਦੀ ਹੈ ਨਾ ਹਾਂਜੀ ਅਤੇ ਜਿਹੜੇ ਭਾਈ ਹੋਰ ਆਏ ਅਸੀਂ ਤਾਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਟੱਲੀ ਵੀ ਆਛ ਦਾ ਟੱਲੀ ਵੀ ਜਾ ਦਿਓ ਨਾਲ ਟੱਲੀ ਵੀ ਟੱਲ ਕਰ ਦਿਓ ਅਤੇ ਜਿਹੜਾ ਨਾ ਅੱਜ ਜੀ ਸਾਡੇ ਪਿੰਡ ਵਿਆਹ ਅਤੇ ਆਹ ਵੇਖ ਲਓ ਪਿੱਛੇ ਤੁਸੀਂ ਘੋਪਾ ਛੋਪਾ ਲੱਗਣ ਦਿਆ ਅੱਜ ਕੱਲ੍ਹ ਨਾ ਉਹ ਜਿਹੜਾ ਹੁਣ ਦੌਰਾ ਆ ਗਿਆ ਨਾ ਹੁਣ ਤਾਂ ਜਿਹੜਾ ਨਾ ਮੈਰਿਜ ਹਾਲਾਂ 'ਚ ਕਰਦੇ ਨੇ ਵਿਆਹ ਸਾਰੇ ਨਾ ਇੱਥੇ ਸਿਆਲਕੋਟ ਆਏ ਰੋਡ ਨੂੰ ਤੁਰ ਜਾਓ ਨਾ ਅਤੇ ਰਾਹ 'ਚ ਬੇਬਾ ਮੈਰਿਜ ਹਾਲ ਆਈ ਜਾਂਦੇ ਨੇ ਅਸੀਂ ਪਹਿਲਾਂ ਜੀ ਨਿੱਕੇ ਹੁੰਦੇ ਹਾਂ ਨਾ ਅਸੀਂ ਜਾਂਦੇ ਹੁੰਦੇ ਹਾਂ ਕਿ ਇਹ ਮੈਰਾ ਜਹਾਜ਼ ਉਹਦੇ ਜਹਾਜ਼ 'ਚ ਜਾਣ ਜਾਂਦੀ ਸਮਸਾਮ ਵਾਲੀਆਂ ਵੀ ਹਾਂਜੀ ਅਸੀਂ ਜਾਂਦੇ ਨੇ ਜਹਾਜ਼ 'ਚ ਜਾਣ ਜਾਂਦੀ ਤਾਂ ਅਸੀਂ ਵੀ ਕਦੀ ਮੈਰਾ ਜਹਾਜ਼ ਜਾਵਾਂਗੇ ਅਤੇ ਹੁਣ ਫਿਰ ਵੱਡਿਆਂ ਹੋ ਕੇ ਪਤਾ ਚੱਲਿਆ ਕਿ ਮੈਰਾ ਜਹਾਜ਼ ਹੁੰਦਾ ਘਰ ਹੀ ਛੱਟਿਆ ਹੁੰਦਾ ਖੁੱਲ੍ਹਾ ਜਿਹਾ ਜਿੰਜਾ ਨਹੀਂ ਘੋਪਾ ਜਿਹਾ ਬਣਿਆ ਵੱਡਾ ਖੁੱਲ੍ਹਾ ਕਰਕੇ ਐਂ ਜੀ ਉਹਨਾਂ ਵੀ ਛੱਤਿਆ ਹੁੰਦਾ ਵੱਡਾ ਜਿਹਾ ਕਰਕੇ ਅਤੇ ਕੁਰਸੀਆਂ ਸੁਰਸੀਆਂ ਲੱਗੀਆਂ ਹੁੰਦੀਆਂ ਨੇ ਪਹਿਲਾਂ ਹੀ ਅਤੇ ਫਿਰ ਜਿਹੜਾ ਜੰਜ ਜੁੰਜ ਆਉਂਦੀ ਹੈ ਅਤੇ ਵਿਆਹ ਵਿਊ ਕਰਦੇ ਨੇ ਅਤੇ ਸਾਨੂੰ ਪਹਿਲਾਂ ਬੜਾ ਸ਼ੌਕ ਹੀ ਮੈਰਾ ਜਹਾਜ਼ ਜਾਂਦਾ ਪਰ ਹੁਣ ਪਤਾ ਚੱਲ ਗਿਆ ਇੱਕ ਦੋ ਵਾਰੀ ਗਿਆ ਨਾ ਤੇ ਪਤਾ ਚੱਲ ਗਿਆ ਸਮਸਾਮ ਵਾਲੀਆਂ ਵੀ ਤੂੰ ਵੀ ਗਿਆ ਮੈਰਾ ਜਹਾਜ਼ ਪਹਿਲਾਂ ਮੈਨੂੰ ਇੱਕ ਜਹਾਜ਼ ਨਹੀਂ ਉੱਡਣ ਵਾਲਾ ਹੁੰਦਾ ਉਹ ਹੁੰਦਾ ਤਾਂ ਮੈਂ ਫਿਰ ਇੱਕ ਦਿਨ ਗਿਆ ਮੈਨੂੰ ਫਿਰ ਪਤਾ ਚੱਲਿਆ ਉਹ ਮੈਨੂੰ ਵੀ ਪਹਿਲਾਂ ਇਹੋ ਸੀ ਮੈਨੂੰ ਇਹ ਕਿ ਬੈਰੀ ਜਹਾਜ਼ ਨਹੀਂ ਹੁੰਦਾ ਪਾਣੀ 'ਚ ਹਾਂਜੀ ਉਹ ਵਾਲਾ ਜਹਾਜ਼ ਚੁਰੇ ਜੰਜ ਜਾਂਦੀ ਹੈ ਅਤੇ ਬੜਾ ਸ਼ੌਕ ਹੀ ਜਾਂਦਾ ਫਿਰ ਬਾਅਦ 'ਚ ਪਤਾ ਚੱਲਿਆ ਅਤੇ ਹੁਣ ਉਹ ਸਾਡੇ ਪਿੰਡ ਹੀ ਜਾਣ ਜਾਣੀ ਆ ਵੇਖੋ ਪਿੱਛੇ ਜੇ ਨਾ ਪੂਰੀ ਤਿਆਰੀਆਂ ਹੋ ਰਹੀਆਂ ਨੇ ਅਤੇ ਪਹਿਲਾਂ ਤੁਹਾਨੂੰ ਤਿਆਰੀਆਂ ਮੈਂ ਤਿਆਰੀਆਂ ਵਾਣੀਆਂ ਜਿਹੜੀਆਂ ਹੋਣ ਡੀਆਂ ਨੇ ਇੱਥੇ ਘੋਪਾ ਛੋਪਾ ਲੱਗਣ ਦੀਆਂ ਕੇਂਜਲਾਂ ਆਉਂਦੇ ਨੇ ਪਿੰਡਾਂ 'ਚ ਨਾ ਅਤੇ ਆਈਓ ਤੁਹਾਨੂੰ ਵਹਾਨੇ ਹਾਂ ਫਿਰ ਜੇ ਨਾ ਜੀ ਜੰਜ ਆਏਗੀ ਉਦੋਂ ਵੀ ਨਹੀਂ ਛਾਲਾ ਵਹਾਵਾਂਗੇ ਵੇਖਿਓ ਹੁਣ ਜੀ ਜਦੋਂ ਤਿਆਰ ਹੋ ਜਾਣਾ ਨਾ ਫਿਰ ਵੇਖਿਓ ਕਿੱਡਾ ਸੋਹਣਾ ਲੱਗਦਾ ਮੈਰਾ ਜਹਾਲਾਂ ਨਾਲ ਵੀ ਬਹੁਤਾ ਸੋਹਣਾ ਲੱਗੇਗਾ ਤਾਜ਼ਾ ਤਾਜ਼ਾ ਹਵਾ ਆਏਗੀ ਨਾਲ 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 ਖੂਬਸੂਰਤ ਨਜ਼ਾਰੇ ਹੋਣਗੇ ਸਾਈਡਾਂ 'ਚ ਅਤੇ ਬਹੁਤਾ ਵੰਡਰਫੁੱਲ ਕੰਮ ਹੋ ਜਾਏਗਾ ਜੀ ਇਹ ਵਾਲਾ ਹੋਰ ਕਿੱਡਾ ਘੋਸਲਾ ਦੀ ਹੋਰ ਆਨੇ ਤੇ ਆਪਾਂ ਜਵਾਨਾਂ ਖਾਲੀ ਘਰ ਛੜੀ ਹੈ ਖਾਲੀ ਹੋ ਗਈ ਬਈ ਖਾਲੀ ਹੋ ਗਈ ਬਸ ਮੁੱਕ ਗਿਆ ਕੰਮ ਤੁਹਾਡਾ ਪੈਸੇ ਲੁੱਟੋਗੇ ਅੱਜ ਲੁੱਟਾਂਗੇ ਤੂੰ ਤੂੰ ਨਾ ਲੁੱਟਣਾ ਉਹ ਯਾਰ ਸਾਡਾ ਟਾਈਮ ਨਾ ਗਿਆ ਕਦੀ ਅਸੀਂ ਵੀ ਲੁੱਟਨੇ ਹੁੰਦੇ ਹਾਂ ਹੁਣ ਤਾਂ ਤੁਹਾਡਾ ਟਾਈਮ ਹੈ ਜਿੰਨੇ ਜਿੰਨੇ ਲੁੱਟੋਗੇ ਦੱਸਿਓ ਫਿਰ ਮੈਨੂੰ ਠੀਕ ਹੈ ਐ ਵੇਖੋ ਕੈਸਾ ਪੜਦਾ ਜੀ ਵੇਖੋ ਲੁੜੀਆਂ ਲੜਕਾਈਆਂ ਜੀ ਮੈਂ ਐ ਵੇਖੋ ਟਾਕੀਆਂ ਲੁੜੀਆਂ ਕਾਲੀ ਲਮਕਾਈਆਂ ਅੱਜ ਦਿਲ ਕਰਦਾ ਸੀ ਪਿਆ ਲੜੀਆਂ ਭਾ ਦੇ ਨਾਲ ਲਹਿਰਾਣਗੀਆਂ ਉਦੋਂ ਵਹਾਵਾਂਗੇ ਜੀ ਤੁਹਾਨੂੰ ਆਉਂਦੇ ਨੇ ਫਿਰ ਇੰਤਜ਼ਾਰ ਕਰੋ ਦਿਸ ਘੋਪਾ ਵੈਰੀ ਵੰਡਰਫੁੱਲ ਤਿਆਰ ਹੋਏਗਾ ਆਫਟਰ ਦਿਸ ਵਰਕ ਇਹ ਜਦੋਂ ਤਿਆਰ ਕਰ ਲੈਣਗੇ ਨਾ ਸਾਰੇ ਭਾਈ ਵੱਡੇ ਵੱਡੇ ਲੱਗੇ ਨੇ ਤਿਆਰ ਕਰਨ ਫਿਰ ਵੇਖਾਂਗੇ ਹੁਣ ਲੱਗਣੇ ਤਿਆਰ ਕਰਨ ਜੀ ਤਿਆਰ ਹੋਏਗਾ ਨਾ ਉਦੋਂ ਬਿਊਟੀਫੁੱਲ ਘੋਪਾ ਤਿਆਰ ਹੋਏਗਾ ਮੈਰਿਜ ਹਾਲ ਨਾਲ ਨੂੰ ਬਹੁਤਾ ਨਾ ਸੋਹਣਾ ਹੋਇਆ ਅਤੇ ਮੈਨੂੰ ਫਿਰ ਆ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਰਿਜ ਹਾਲ 'ਚ ਬਹੁਤਾ ਸੋਹਣਾ ਹੁੰਦਾ ਕਿ ਇੱਥੇ ਜਿਹੜਾ ਪਿੰਡਾਂ 'ਚ ਘੋਪਾ ਲਾਉਂਦੇ ਨੇ ਉਹਦਾ ਬਹੁਤਾ ਸੋਹਣਾ ਹੁੰਦਾ ਅੱਜ ਵੇਖਿਓ ਕੈਸਾ ਤਿਆਰ ਕਰਦੇ ਨੇ ਆਹ ਵੇਖੋ ਜੀ ਅੱਜ ਮੌਸਮ ਵੀ ਪੂਰਾ ਬਣਿਆ ਧੁੱਪ ਵੀ ਚੜੀ ਹੈ ਲੜੀਆਂ ਵੀ ਲੱਗੀਆਂ ਹਵਾ ਵੀ ਆਉਣ ਡਈ ਹੈ ਪੂਰੀ ਠੰਡੀ ਠੰਡ ਹਾਏ 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 ਨਜ਼ਾਰੇ ਵੇਖੋ ਨਜ਼ਾਰੇ ਨਾਲ ਹੀ ਅੱਗੇ ਖੂਬਸੂਰਤ ਬੈਂਚ ਲੱਗੇ ਹੋਏ ਨੇ ਕੁਰਸੀਆਂ ਲੱਗੀਆਂ ਹੋਈਆਂ ਨੇ ਪੂਰਾ ਮਾਹੌਲ ਤਿਆਰ ਹੋ ਰਿਹਾ ਸਿਉਂ ਤੇ ਵੇਖੋ ਇਹ ਕੱਪੜੇ ਚੜ੍ਹਨ ਦੇ ਨੇ ਤੇ ਆਹ ਸਹੀ ਜਿੰਜ ਮੇਰਾ ਜਹਾਲ ਨਹੀਂ ਮੇਰਾ ਜਹਾਲ ਨਹੀਂ ਹੁੰਦਾ ਕੱਪੜੇ ਛੱਪੜੇ ਚੜ੍ਹੇ ਕੁਰਸੀਆਂ 'ਚ ਉਹ ਇੰਨਾ ਹੋਏਗਾ ਦਿਸ ਟੇਬਲ ਵੈਰੀ ਬਿਊਟੀਫੁੱਲ ਬਣੇਗਾ ਆਫਟਰ ਦਾ ਜਬ ਇਹਦੇ ਉੱਤੇ ਸ਼ੀਟ ਪਏਗਾ ਕੱਪੜਾ ਪਏਗਾ ਅਤੇ ਬੜਾ ਖੂਬਸੂਰਤ ਬਣ ਜਾਏਗਾ ਵੇਖੋ ਹੁਣ ਹੀ ਕਿੰਨਾ ਖੂਬਸੂਰਤ ਲੱਗਣ ਦਿਆ ਵੇਖੋ ਜੀ ਸਾਹਮਣੇ ਸਟੇਜ ਵੀ ਤਿਆਰ ਹੋ ਰਿਹਾ ਜਿੱਥੇ ਦੂਲੇ ਸਾਹਿਬ ਹੋੜੀਆਂ ਆਣ ਕੇ ਬਹਿਣਗੇ
ਲਓ ਜੀ ਬਾਈ ਸਾਰਾ ਜਿਹੜਾ ਤਿਆਰ ਹੋ ਗਿਆ ਹੁਣ ਵੇਖੋ ਕਿਹੋ ਜਿਹਾ ਲੱਗਣ ਡੇ ਚੱਲ ਬੰਦੇ ਬਹਿਣਗੇ ਐਲੀ ਸਾਡੇ ਅਤੇ ਆ ਜਿਹੜੀ ਵਿੱਚ ਕਨਾਲ ਲੱਗੀ ਨਾ ਇਹਦੇ ਤੋਂ ਪਰਾਂ ਬੁੜੀਆਂ ਛੁੜੀਆਂ ਬਹਿਣਗੀਆਂ ਬੁੜੀਆਂ ਨੇ ਕਿਹਦਾ ਲੇਡੀਜ਼ ਕਹੀਦਾ ਪੰਜਾਬੀ 'ਚ ਬੁੜੀਆਂ ਹੀ ਕਹੀ ਤਾਂ ਹੈ ਪੰਜਾਬੀ ਨੂੰ ਕਹਿੰਦੇ ਲੇਡੀਜ਼ ਇੰਗਲਿਸ਼ ਮੈਂ ਲੇਡੀਜ਼ ਕਹਿਵਾ ਤਾਂ ਲੇਡੀਜ਼ ਐਂਡ ਜੈਂਟਲਮੈਨ ਹੈ ਜੈਂਟਲਮੈਨ ਇੱਧਰ ਬੈਠੇਗਾ ਲੇਡੀਜ਼ ਉੱਧਰ ਬੈਠੇਗਾ ਇੱਥੇ ਤਾਂ ਹੁਣ ਜੀ ਸਭ ਕੁਛ ਹੋ ਗਿਆ ਤਿਆਰ ਹੁਣ ਮੇੜੀ ਵਾੜੀ ਹੈ ਤਾਂ ਹੁਣ ਜਾਣਾ ਮੈਂ ਵੀ ਨਵੇਂ ਛਵੇਂ ਕੱਪੜੇ ਪਾ ਕੇ ਆਉਂਦਾ ਵਾਂ ਅਤੇ ਫਿਰ ਜੰਜ ਵੀ ਜਦੋਂ ਆਏਗੀ ਉਦੋਂ ਜੰਜ ਦੇ ਨਾਲ ਹੀ ਆਵਾਂਗਾ ਜਾਂ ਪਹਿਲਾਂ ਹੀ ਆ ਕੇ ਬਾਈ ਇਹਨਾਂ ਇੱਥੇ ਅਫਸਰ ਬਣ ਗਏ ਅਤੇ ਤੂੰ ਵੀ ਆਉਣ ਲੱਗਿਆ ਆਉਣ ਲੱਗਿਆ ਤੂੰ ਵੀ ਜਲਦੀ ਕੱਪੜੇ ਪਾ ਕੇ ਆ ਯਾਰ ਇੱਥੇ ਹੀ ਕਰਾਉਣੇ ਆ ਕਿੰਨੇ ਵਜੇ ਜੰਜ ਆਉਣੀ ਭਲਾ ਦੋ ਵਜੇ ਜਾਂਦੇ ਨੇ ਦੋ ਵਜੇ ਆਉਣੀ ਥੋੜ੍ਹੀ ਟਾਈਮ ਰਹਿ ਗਿਆ ਲਓ ਜੀ ਬਾਈ ਜੰਜ ਆਉਣ ਵਾਲੀ ਹੈ ਅਤੇ ਆਈਓ ਫਿਰ ਅਸੀਂ ਵੀ ਜਾਣਾ ਕੱਪੜੇ ਛੱਪੜੇ ਪਾ ਕੇ ਆਉਂਦੇ ਹਾਂ ਤਿਆਰ ਸ਼ਿਆਰ ਹੋ ਕੇ ਆਉਂਦੇ ਹਾਂ ਫਿਰ ਹੀ ਮਿਲਾਂਗੇ ਹੁਣ ਇੱਥੇ ਆਉਣ ਕੇ ਜਾਣਦਾ ਨੀ ਭਿਆਉਣ ਖਲੋ ਰਹੇ ਆ ਯਾਰ ਮੈਂ ਬਹਾਨਾ ਚਾਹੁੰਦਾ ਵੇਖੋ ਕਿੱਡਾ ਖੂਬਸੂਰਤ ਮਾਹੌਲ ਕਿੰਨਾ ਖਲਾ ਰਿਹਾ ਹਾਏ 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 ਹੁਣ ਹੁਣ ਆਹੋ ਵਾਹ ਬਈ ਵਾਹ ਵੇਖੋ ਜੀ ਝੂਨਾ ਨਾਲੇ ਜਾਣਾ ਬਹੁਤ ਖੂਬਸੂਰਤ ਕੰਮ ਕੀਤਾ ਐਂ ਜੀ ਗੱਲ ਵੇਖੋ ਤੋੜ ਝੂਨਾ ਖਿਲ ਰਿਹਾ ਓ ਹਸਨ ਭਾਈ ਹਸਨ ਭਾਈ ਕੀ ਹਾਲ ਚਾਲ ਹੈ ਕਰੇ ਲਾ ਜਨਾਬ ਤੇ ਆ ਕੀ ਬਣੇ ਹੋ ਚਿਦਾਈ ਜੇ ਬੰਦੇ ਕੱਪੜੇ ਛੱਪੜੇ ਪਾ ਗਿਆ ਹੋ ਵਿਆਹ ਇੱਥੇ ਵਿਆਹ ਯਾਰ ਸੱਦੇ ਨਹੀਂ ਉਹਨਾਂ ਨੇ ਨਹੀਂ ਸੱਦਿਆ ਤੈਨੂੰ ਹੋ ਜਾ ਆ ਕੀ ਗੱਲ ਹੋਈ ਤੈਨੂੰ ਸੱਦਿਆ ਹੀ ਨਹੀਂ ਕੋਈ ਗੱਲ ਨਹੀਂ ਬਸ ਤਸੱਲੀ ਦੇ ਦੇਣ ਰੋਣਾ ਨਹੀਂ ਬਸ ਰੋਣਾ ਵੇ ਰੋਣ ਕਾਲੀ ਲੱਗ ਮੈਂ ਰੋਣਾ ਨਹੀਂ ਬਸ ਰੋਣਾ ਨਹੀਂ ਕਿੱਥੇ ਰਹਿਣਾ ਮੈਂ ਲੱਭਦਾ ਹੀ ਨਹੀਂ ਅੱਜ ਕੱਲ੍ਹ ਸ਼ਹਿਰ ਹੁਣ ਯਾਰ ਕਿਤੇ ਹਨ ਸ਼ਹਿਰ ਦਾ ਫਿਰ ਹਲਵਾ ਹਰ ਕੋਈ ਸ਼ਹਿਰ ਕਿਹੜਾ ਅਮਰੀਕਾ ਹੈ ਸ਼ਹਿਰ ਅਮਰੀਕਾ ਦਾ ਵੀ ਲਾ ਲਾਂਗੇ ਅੱਲਾ ਨੇ ਚਾਹਿਆ ਪਰ ਸ਼ਹਿਰ ਦਾ ਤਾਂ ਪਹਿਲਾਂ ਲਾਈਏ ਨਾ ਹੋਰ ਫਿਰ ਕੱਪੜੇ ਛੱਪੜੇ ਪਾਓ ਮੈਂ ਚੱਲਾਂ ਕੱਪੜੇ ਪਾਉਣ ਤੁਸੀਂ ਵੀ ਪਾ ਗਿਆ ਹੋਗੇ ਕਿ ਨਹੀਂ ਨਹਾਉਣ ਵਾਸਤੇ ਬੈਠਾ ਤੇ ਇੱਥੇ ਧੁੱਪੇ ਬਹਿ ਕੇ ਨਹਾਉਣਾ ਸੀ ਟਾਈਮ ਨਾਲ ਤਿਆਰ ਹੋ ਗਏ ਸੱਦਿਆ ਨੀ ਮੈਨੂੰ ਕੱਪੜੇ ਪਾਏ ਨੇ ਮੈਂ ਵੀ ਪਾਇਆ ਕੱਪੜੇ ਜੈਕਟ ਸ਼ੈਕਟ ਨਵੀਂ ਸ਼ਰਟ ਨਵੀਂ ਪੈਂਟ ਕਾਲੇ ਬੂਟ ਵੇਖੋ ਵੇਖੋ ਜੀ ਹਸਨ ਭਾਈ ਹੋਰੀ ਪੂਰਾ ਤਿਆਰ ਸ਼ਿਆਰ ਹੋ ਗਿਆ ਇਹ ਕੀ ਬਟਨ ਕਿੱਥੇ ਗਏ ਨੇ ਬਟਨ ਨੂੰ ਗਿਆ ਗੁੰਮ ਬਟਨ ਲਵਾਏ ਨੇ ਗੁੰਮ ਬਟਨ ਹਾਂਜੀ ਉਹ ਨਹੀਂ ਯਾਰ ਗੁੰਮ ਬਟਨ ਕਿਹੋ ਜਿਹੇ ਹੁੰਦੇ ਨੇ ਬਸ ਇਹ ਸ਼ੋਲਡਰ ਦੇ ਬਟਨ ਅੱਛਾ ਸ਼ੋਲਡਰ ਦੇ ਬਟਨ ਲਵਾਏ ਨੇ ਇਹ ਕਿਹੋ ਜਿਹੇ ਬਟਨ ਆ ਗਏ ਨੇ ਯਾ ਦੱਸ ਮੈਂ ਤਾਂ ਯਾਰ ਇੱਥੇ ਕਮੀਜ਼ ਦੇ ਸਾਹਮਣੇ ਬਟਨ ਲਵਾਣਾ ਤੂੰ ਕਿੱਥੇ ਲਵਾ ਲੈਣ ਮੈਂ ਤਾਂ ਭਾਈ ਨੱਪਿਆ ਦੀ ਬਟਨ ਲਗਾ ਮੈਂ ਤਾਂ ਤਲਾਵਤ ਕਰਨ ਲਈ ਆਇਆ ਉਹ ਖਤਮ ਮੈਂ ਵੀ ਖਾਣਾ ਸ਼ੁਦਾ ਪਤਰੀਆ ਤਲਾਵਤ ਕਰਨੀ ਹੈ ਤੁਸੀਂ ਮੈਂ ਵੀਰ ਜੀ ਨਕਾਹ ਦਾ ਤਲਾਵਤ ਕਰਨੀ ਹੈ ਮੈਂ ਇਸ ਵਾਸਤੇ ਵੇਖੋ ਦੂਰੋਂ ਜੰਜ ਲੱਭਣ ਡੇ ਇੱਥੋਂ ਖਲੋ ਕੇ ਉਹ ਬੜੀ ਦੂਰ ਬੈਂਡ ਬਾਜੇ ਵਾਲੇ ਖਲੋਤੇ ਜੇ ਉਹ ਵੇਖੋ ਆਉਂਦੀਆਂ ਕਾਰਾਂ ਲੱਭੀਆਂ ਜੇ ਹੁਣ ਵੇਖੋ ਜੀ ਆਉਣੇ ਹੀ ਆਉਣੇ ਉਹ ਵੇਖੋ ਜੀ ਜੰਜ ਆ ਗਈ ਜੇ ਅਸੀਂ ਟਾਈਮ ਨਾਲ ਹੀ ਉਡਾ ਗਿਆ ਮੈਂ ਕਿਤੇ ਥੱਲੇ ਹੀ ਨਾ ਆਈਏ ਜਿੰਨੀ ਗਵਾਮ ਹੈ ਵੇਖੋ ਜੀ ਆਉਣੇ ਪੈ ਚੁਗਾਉਂਦੇ ਕਿੰਨੇ ਕਿੰਨੇ ਵੇਖਿਓ ਹੁਣ ਫੇਰੀ ਪਾਉਂਦੇ ਤੇ ਢੋਲ 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 ਕਰਦਾ ਜੰਜ ਜੁੰਜ ਆ ਗਈ ਹੈ ਤੇ ਭੱਟੀ ਸਾਹਿਬ ਵੀ ਆ ਗਏ ਨੇ ਪੰਗਾ ਜੀ ਕਿੰਨੇ ਪੈਸੇ ਫੜੇ ਨੇ ਲੱਗਾ ਤੇ ਹਜ਼ਾਰ ਫੜਨ ਲੱਗਾ ਮੈਂ ਵੇਹਨਾ ਪਿਆ ਦੂਰੋਂ ਖਲੋ ਕੇ ਵੀਡੀਓ ਵੀ ਬਣੀ ਹੈ ਲੱਗਾ ਹੈ ਫੜਨ ਓਹ ਤੁਸੀਂ ਕਿੰਨੇ ਫੜੇ ਨੇ ਲੱਗਾ ਤੇ ਹੈ ਫੜਨ ਘੋਬੇ ਚ ਬੈਠੇ ਆ ਪੈਸੇ ਤੇ ਫੜੇ ਹੋਣੇ ਵਾਹ ਜਿੰਨੇ ਨਿਕਲੇ ਮੇਰੇ ਮੇਰੇ ਵੇਖ ਲਈ ਚੱਲ ਠੀਕ ਹੋ ਗਿਆ ਤੂੰ ਨਹੀਂ ਫੜੇ
ਇਮਾਨਦਾਰ ਬੱਚਾ ਪੰਗਾ ਹੀ ਨੇ ਤੇ ਫੜੇ ਨੀ ਫੜੇ ਇਹਨੇ ਫੜੇ ਨੇ ਨਾ ಅಲ್ಹಮ್ದುಲಿಲ್ಲಾಹ ونعوذ بالله من شرور انفسنا ومن سيئات اعمالنا من يهده الله فلا مضل له ومن يضلل فلا هادي له ونشهد ان لا اله الا الله وحده لا شريك له ونشهد ان سيدنا ومولانا محمدا عبده ورسوله امين اللهم صل على سيدنا ومولانا ਯਾ ਇਲਾਹ ਉਲਾਲਮੀ ਤੇਰੇ ਪਿਆਰੇ ਮਾਹੂਬ ਜੀ ਕਰੀਮ ਸੱਜਦਾ ਵਰਗਤ ਦੀ ਮਕਬੂਲ ਫਰਮਾ ਦਰਸ ਜੋੜੇ ਵੀ ਪਿਆਰੇ ਆਖਾ ਦਾ ਸਤਕਾ ਸੁਣ ਅੱਲਾਹ ਤਾ ਫਰਮਾਈ ਇਹਨੇ ਚ ਪਿਆਰ ਮੁਹੱਬਤ ਦਾ ਫਰਮਾ ਰੱਬਾ ਨਾਸ ਕਬਰ ਨੂੰ ਕਰ ਤਕ ਸਮਝੇ ਵਲੀ ਬਹੁਤ ਬੜੇ ਨੇ ਕਰ ਤਕ ਸੱਜਦਾ ਉਲਾਲਮੀ ਆਮੀਨ ਲਓ ਜੀ ਬਾਈ ਇਹ ਹੀ ਨਿਕਾਹ ਪੜਾ ਕਰਤਾ ਮੌਲਵੀ ਸਾਹਿਬ ਹੋਰਾਂ ਨਿਕਾਹ ਪੜਾ ਹੜਿਆ ਹੁਣ ਜਿਹੜਾ ਨਾ ਦੂਲੇ ਸਾਹਿਬ ਹੋਰਾਂ ਨੂੰ ਹੁਣ ਮਿਲਣ ਡੇ ਨੇ ਮਿਲਣੀ ਕਰ ਰਹੇ ਨੇ ਸਾਰਿਆਂ ਨਾਲ ਪਹਿਲਾਂ ਨਾ ਵੇਖੋ ਸਲਾਦ ਹੋਇਆ ਜੇ ਗਾਜਰਾਂ ਦਾ ਖੀੜਿਆਂ ਦਾ ਖੀੜੇ ਨੀ ਭਾ ਖੀਰੇ ਦੇ ਖੀੜੇ ਖੀੜੇ ਨੀ ਖੀੜੇ 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 ਕਿਆ ਆਈਆਂ ਬੋਤਲਾਂ ਆਈਆਂ ਜੀ ਇੱਕ ਕੋਕ ਦੀ ਇੱਕ ਸਪਰੈਟ ਦੀ ਇੱਕ ਪਾਣੀ ਦੀ ਨਾਲ ਕਿਉਂ ਧਰ ਛੱਡੀ ਉਹਨਾਂ ਉਹ ਫੈਂਟੇ ਦੀ ਲਿਆਓ ਪਾਣੀ ਛਾਣੀ ਵੀ ਪੀਣਾ ਨਾਲ ਹੁਣ ਬੋਤਲਾਂ ਦੀ ਨਹੀਂ ਪੀਣਾ ਫੈਂਟਾ ਚਾੜਨੀ ਆ ਫੈਂਟਾ ਨਹੀਂ ਚਾੜਨਾ ਪਾਣੀ ਵੀ ਪੀਣਾ ਅੱਗੇ ਕੀ ਆਈ ਭਲਾ ਅੱਗੇ ਪੱਠੇ ਆਏ ਉਹ ਪੱਠੇ ਨਹਾਣੀ ਲੋ ਜੀ ਪਹਿਲੇ ਸਲਾਦ ਆਈ ਸੀ ਸਲਾਦ ਹੀ ਖਾ ਰਹੇ ਜਿਹੜਾ ਇਹਨੇ ਪੱਠੇ ਸਮਝੇ ਪਹਿਲੇ ਸਲਾਦ ਆਈ ਸੀ ਆ ਬੋਤਲਾਂ ਆਈਆਂ ਜੀ ਆਪ ਨਾਸ਼ਤਾ ਹੈਗਾ ਫਿਰ ਹਮ ਨਾਸ਼ਤਾ ਕਰੇਂਗੇ ਨਾਸ਼ਤਾ ਬਾਅਦ ਮਿਲੇਗਾ ਔਰ ਨਾਸ਼ਤਾ ਲੰਚ ਕਰਨਾ ਭਾਈ ਦੁਪਹਿਰ ਹੋ ਗਈ ਹੈ ਨਹੀਂ ਨਾਸ਼ਤਾ ਕਹਤੇ ਹਨ ਉਰਦੂ ਮੇਂ ਉਹ ਨਾਸ਼ਤਾ ਭਾਈ ਸਵੇਰ ਹੋਤਾ ਹੈ ਨਾ ਲੰਚ ਹੋਤਾ ਹੈ ਲੋ ਜੀ ਸਲਾਦ ਮੈਂ ਖਾਧੀ ਹੈ ਮਜ਼ੇਦਾਰ ਸਵਾਦ ਆ ਹੈ ਹਾਂ ਹੁਣ ਰੋਟੀ ਖਾਣੇ ਆ ਫਿਰ ਦੱਸਾਂਗੇ ਦੂਲੇ ਸਾਹਿਬ ਉਹਨਾਂ ਦੇ ਟੇਬਲ ਤੇ ਵੀ ਨਾ ਸਲਾਦ ਤੇ ਬੋਤਲਾਂ ਤੇ ਪਲੇਟਾਂ ਛਲੇਟਾਂ ਆ ਗਈਆਂ ਹਨ ਪੂਰੇ ਤਿਆਰ ਬੈਠੇ ਨੇ ਮੇਰੀ ਪਲੇਟ ਵੀ ਸੱਜ ਗਈ ਹੈ ਰਾਸਾ ਸਾਹਿਬ ਦਾਸ਼ ਸਾਹਿਬ ਹੋਰਾਂ ਦੀ ਸੱਜ ਗਈ ਹੈ ਆ ਜਿਹੜੇ ਜਾਣੇ ਨੇ ਸਾਡੇ ਮਹੱਲੇ ਦੇ ਇਹਨਾਂ ਦੀ ਵੀ ਸੱਜ ਗਈ ਹੈ ਵੇਖੋ ਸ਼ੁਰੂ ਹੋ ਪਏ ਜੇ ਇਹਨਾਂ ਨੂੰ ਤਾਂ ਨਹੀਂ ਪੇਂਡੂ ਪੇਂਡੂ ਆਉਂਦੇ ਨੇ ਵੇਖੋ ਵੇਖੋ ਸਾਰੇ ਇਕੱਠੇ ਹੀ ਲੱਗ ਪਏ ਜੇ ਖਾਣ ਹੁਣ ਜਾਣਾ ਅਸੀਂ ਖਾਣ ਪੀਣ ਦੇ ਹਾਂ ਅਤੇ ਹੁਣ ਜਾਣਾ ਖਾਣ ਪੀਣ ਤੋਂ ਬਾਅਦ ਮਿਲਾਂਗੇ ਤੁਹਾਨੂੰ ਵੇਖੋ ਸਾਰੇ ਖਾਣ ਪੀਣ ਦੇ ਲਓ ਜੀ ਬਾਈ ਮੈਂ ਤਾਂ ਰਸ਼ ਰੋਟੀ ਖਾ ਕੇ ਉੱਠਿਆ ਹੀ ਹੈ ਅਤੇ ਵਾਮ ਜਿਹੜਾ ਨਸ ਨੁਸ ਗਈ ਹੈ ਬਾਕੀ ਜਾਣੇ ਹੁਣ ਇਕੱਠੇ ਹੋਏ ਜੇ ਆ ਵੇਖੋ ਪਿੰਡ ਦੇ ਸਾਰੇ ਅਤੇ ਆਈਓ ਹੁਣ ਬਾਹਰ ਨੂੰ ਫਿਲਹਾਲ ਆਉਣ ਚੱਲੀਏ ਇਦੋਂ ਇਹ ਪਿੰਡ ਦੀ ਇੱਕ ਹੋਰ ਗੱਲ ਹੈ ਤੁਹਾਨੂੰ ਰਾਹ 'ਚ ਦੱਸਣਾ ਮੈਂ ਜਾਂਦਿਆਂ ਨਾ ਖਾ ਪੀ ਕੇ ਕੀ ਕਰਦੇ ਨੇ ਉਹ ਜੇ ਪਿੱਛੇ ਕੋਫਾ ਜਿੱਥੇ ਅਸੀਂ ਬਹਿ ਕੇ ਨਾ ਖਾਣ ਪੀਣ ਦੇ ਹਾਂ ਖਾਣ ਪੀਣ ਦਾ ਤਾਂ ਮਜ਼ਾ ਆ ਗਿਆ ਬੜਾ ਹੁਣ ਆ ਗਏ ਅਸੀਂ ਬਾਹਰ ਨੂੰ ਆਖਿਆ ਥੋੜ੍ਹਾ ਜਿਹਾ ਥੁੜ ਪੇੜ ਲਈਏ ਪੂਰੇ ਸਹੀ ਥਾਂ ਹੈ ਇੱਥੋਂ ਨਾਲ ਹੀ ਰਾਹ ਅਤੇ ਹੁਣ ਅਸੀਂ ਆ ਗਏ ਹਾਂ ਅਤੇ ਦੂਲਾ ਸਾਹਿਬ ਵੀ ਜਿਹੜੇ ਨੇ ਨਾ ਉਹ ਹੁਣ ਬਾਹਰ ਨੂੰ ਫਿਰ ਬਾਹਰ ਨੂੰ ਫਿਰਨ ਗਏ ਨੇ ਅਤੇ ਪਿੰਡਾਂ ਦੀ ਆਹੀ ਗੱਲ ਹੈ ਜੇ ਪਿੰਡਾਂ 'ਚ ਬਹਾਂਦੇ ਨਾ ਘੋਪਾ ਲਾਉਂਦੇ ਨੇ ਨਾ ਰੋਟੀ ਛੋਟੀ ਖਾ ਕੇ ਬਾਹਰ ਨੂੰ ਖੇਤਾਂ ਖੂਤਾਂ 'ਚ ਫੇਰਾ ਲਾਉਂਦੇ ਨੇ ਫਿਰ ਤੋੜ ਲੈਂਦੇ ਨੇ ਪਰ ਜਿਹੜਾ ਹੁੰਦਾ ਨਾ ਮੇਰਾ ਜਹਾਜ਼ 'ਚ ਮੇਰਾ ਜਹਾਜ਼ ਹੁੰਦੇ ਨੇ ਨਾ ਉਹਨਾਂ 'ਚ ਬੰਦਾ ਤੁਰ ਫਿਰ ਨਹੀਂ ਸਕਦਾ ਕਿਤੇ ਮੇਰਾ ਜਹਾਜ਼ ਜਾਓ ਉੱਥੇ ਬਹਿ ਕੇ ਖਾਓ ਉੱਥੇ ਬਹਿ ਕੇ ਅਤੇ ਵਾਪਸ ਆਈਓ ਪਿੰਡਾਂ ਦਾ ਹਿਸਾਬ ਹੁੰਦਾ ਵੇ ਹੁਣ ਇੱਥੇ ਘੋਪਾ ਲੱਗਿਆ ਨਾ ਵੇਖੋ ਅਤੇ ਇੱਥੇ ਸਕੂਨ ਨਾਲ ਰੋਟੀ ਛੋਟੀ ਖਾਓ ਆਰਾਮ ਦੇ ਨਾਲ ਆਪਣੀ ਮਰਜ਼ੀ ਦੇ ਅਤੇ ਆਰਾਮ ਸਕੂਨ ਨਾਲ ਜਿੱਥੇ ਮਰਜ਼ੀ ਤੁਰੋ ਫਿਰੋ ਬਾਹਰ ਨੂੰ ਆਈਏ ਰੋਟੀ ਛੋਟੀ ਖਾ ਕੇ ਨਾਲ ਇੱਕ ਹਿਸਾਬ ਦੀ ਰੋਟੀ ਵੀ ਉਹਦਾ ਇਹਨਾਂ ਨੂੰ ਕਾਹ ਤੋਂ ਬਾਅਦ ਨਾ ਹੋਰ ਵੀ ਰਸਮਾਂ ਹੁੰਦੀਆਂ ਨੇ ਦੁੱਧੀ ਘੂਟੀ ਵੀ ਪਿਆਉਂਦੇ ਨੇ ਗਿਫਟ ਸ਼ਿਫਟ ਵੀ ਦਿੰਦੇ ਨੇ ਅਤੇ ਉਹ ਇਨਸ਼ਾਅੱਲਾ ਤੁਹਾਨੂੰ ਜ਼ਿੰਦਗੀ ਰਹੀ ਤਾਂ ਫਿਰ ਕੀ ਦਿਖਾਵਾਂਗਾ ਇੱਕ ਹੋਰ ਗੱਲ ਅਤੇ ਪਿੰਡਾਂ ਦਾ ਜਿਹੜਾ ਵਿਆਹ ਹੁੰਦਾ ਨਾ ਉਹਦਾ ਆਪਣਾ ਹੀ ਮਜ਼ਾ ਹੁੰਦਾ ਉਸ ਵਿਆਹ ਦਾ ਨਾ ਜਿਹੜਾ ਹੁੰਦਾ ਵਿਆਹ ਮੈਰਾ ਜਹਾਲਾਂ 'ਚ ਚਲੋ ਹੁਣ ਪਿੰਡਾਂ ਦੇ ਵੀ ਲੋਕ ਮੈਰਾ ਜਹਾਜ਼ 'ਚ ਕਰਾਉਣ ਲੱਗ ਪਏ ਨੇ ਪਰ ਜਿਹੜਾ ਪਿੰਡ 'ਚ ਹੁੰਦਾ ਨਾ ਉਹ ਪਿੰਡ 'ਚ ਹੀ ਹੁੰਦਾ ਉਹਦਾ ਵੱਖਰਾ ਹੀ ਸਵਾਦ ਹੁੰਦਾ ਪਿੰਡ ਦਾ ਅਤੇ ਨਾਲ ਬੜਾ ਮਜ਼ਾ ਹੁੰਦਾ ਜਿਹਨੂੰ ਜਾਣੇ ਇੰਨੇ ਇਕੱਠੇ ਹੋਏ ਹੁੰਦੇ ਨਾਲ ਅਤੇ ਸਕੂਨ ਨਾਲ ਬਹਿ ਕੇ ਖਾਣ ਨਹੀਂ ਦਿੰਦੇ ਆਰਾਮ ਦੇ ਨਾਲ ਪਿੰਡ ਦੇ ਵੀ ਜਾਣੇ ਹੁੰਦੇ ਨੇ ਨਾ
ਤੇ ਆਰਾਮ ਨਾਲ ਬਹਿ ਕੇ ਖਾਣ ਨਹੀਂ ਦਿੰਦੇ, ਨਾਲ ਪੈਸੇ ਲੁੱਟਦੇ ਹੁੰਦੇ ਨੇ, ਪੂਰਾ ਮਜ਼ਾ ਆਉਂਦਾ। ਅਤੇ ਨਾਲ ਦੂਲੇ ਸਾਹਿਬ ਬੋੜੇ ਜਿਹੜੇ ਨੇ ਨਾ, ਇੱਦਾਂ ਨੂੰ ਫਿਰਦੇ ਤੁਰਦੇ ਨੇ ਖੇਤਾਂ ਖੂਤਾਂ 'ਚ, ਅਤੇ ਵੱਖਰਾ ਹੀ ਸਵਾਦ ਹੁੰਦਾ ਪਿੰਡ 'ਚ ਵਿਆਹ ਹੋਏ ਤਾਂ। ਲਓ ਜੀ ਬਾਈ, ਉਹ ਘੋਪੇ ਜਿਹੂ ਨਾ ਅਸੀਂ ਇੰਨੀ ਦੂਰ ਆਏ ਹਾਂ, ਅਸੀਂ ਆਏ ਹਾਂ ਤਾਂ ਦੂਲਾ ਸਾਹਿਬ ਬੋੜੇ ਜਿਹੜੇ ਨਾ ਤੁਰ ਫਿਰ ਕੇ ਵਾਪਸ ਤੁਰ ਗਏ ਨੇ। ਇਹ ਹੁਣ ਜਾ ਕੇ ਉੱਥੋਂ ਗਿਫਟ ਸ਼ਿਫਟ ਲੈਣਗੇ ਘਰੋਂ ਨਾ, ਗਿਫਟ ਗੁਫਟ ਲੈਣ ਘਰ ਥੋੜ੍ਹਾ ਜਿਹਾ ਆਰਾਮ ਕਰਕੇ ਨਾ, ਫਿਰ ਗਿਫਟ ਸ਼ਿਫਟ ਦੀ ਰਸਮ ਹੋਏਗੀ, ਦੁੱਧ ਘੁੱਟੀ ਪਿਆਉਣ ਦੀ, ਉਹ ਬੜੀਆਂ ਰਸਮਾਂ ਹੁੰਦੀਆਂ ਨੇ ਇਹਦੀਆਂ ਨਾ। ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਕਿਤੇ ਤੁਹਾਨੂੰ ਫਿਰ ਵਾਵਾਂਗੇ। ਹੁਣ ਤਾਂ ਫਿਲਹਾਲ ਦੁੱਲਾ ਸਾਹਿਬ ਬੋੜੀ ਵਾਪਸ ਜਾ ਰਹੇ ਨੇ, ਅਤੇ ਅਸੀਂ ਜਾਈਏ ਆਉਣ ਹੀ ਦੇ ਹਾਂ। ਮੈਂ ਹਰ ਰੋਟੀ ਛੋਟੀ ਖਾਧੀ ਅਤੇ ਹਜ਼ਮ ਘਰ ਆਈਏ, ਹਜ਼ਮ ਥੋੜ੍ਹੀ ਬਹੁਤੀ ਹੋ ਗਈ ਹੈ। ਅਤੇ ਇਹੀ ਜੀ ਪਿੰਡ ਦਾ ਵਿਆਹ, ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ, ਸ਼ੇਅਰ ਕਰੋ, ਅਤੇ ਮੇਰਾ ਚੈਨਲ ਟੂਵਰਡ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਹੁਣ ਇਨਸ਼ਾਅੱਲਾ ਤੁਹਾਡੀਆਂ ਦੁਆਵਾਂ ਅਤੇ ਅੱਲਾ ਦੇ ਕਰਮ ਫਜ਼ਲ ਨਾਲ ਅਗਲੀ ਵੀਡੀਓ 'ਚ ਹਾਜ਼ਰ ਹੋਵਾਂਗਾ। ਮੈਨੂੰ ਦੋ ਇਜਾਜ਼ਤ, ਅੱਲਾ ਹਾਫਿਜ਼। ਇਹ ਵੇਖੋ ਰਸ਼ ਸਾਹਿਬ ਹੋਈ ਤਾਂ ਖਾ ਖਾ ਕੇ ਰੱਜ ਗਏ ਨੇ, ਹੁਣ ਤੁਰਿਆ ਨਹੀਂ ਜਾਣ ਡਿਆ। ਵੇਖੋ ਸ਼ਰਟ ਮੈਂ ਵੀ ਹਾਂ, ਜੈਕਟ ਜਿਹੜੀ ਖੁੱਲ੍ਹੀ ਕਿਉਂ ਪਾ ਗਏ, ਖਾ ਖਾ ਕੇ ਢਿੱਡ ਮੋਟਾ ਹੋ ਜਾਣਾ, ਤੁਹਾਡੇ ਵਾਸਤੇ ਗੁੱਲੀ ਪਾ ਗਏ, ਇੰਝ ਗੱਲ।